ਅਸੀਂ ਇੱਕ ਦਾਣਾ ਧਰਤੀ ਵਿੱਚ ਸੁੱਟਦੇ ਹਾਂ, ਸਾਨੂੰ ਇੱਕ ਦਾਣੇ ਦਾ 100 ਦਾਣਾ ਮਿਲਦਾ। ਸਰਦਾਰਾਂ ਕੋਲ ਇੰਨੀਆਂ ਕੋਠੀਆਂ ਨੇ, ਆ ਜ਼ਮੀਨਾਂ ਨੇ, ਆ ਪਰ ਯੁਵਕ ਜਿਹੜੀ ਮਿਹਨਤ ਨਾਲ ਬਣੀ ਆ, ਜਿਹੜੀ ਮੁਸ਼ਕਤ ਨਾਲ ਬਣੀ ਆ, ਉਹ ਮੁਸ਼ਕਤ ਬਿਆਨ ਨਹੀਂ ਕੀਤਾ ਜਾ ਸਕਦਾ। ਸਭ ਕੁਝ ਦੱਸਿਆ ਨਹੀਂ ਜਾ ਸਕਦਾ ਕਿ ਕਿਵੇਂ ਇਹਨਾਂ ਝੋਪੜੀਆਂ ਵਿੱਚ ਬਾਰਿਸ਼ ਪੈਣੀ, ਗਰਮੀ ਪੈਣੀ, ਕੋਈ ਪੱਖਾ ਨਹੀਂ, ਕੋਈ ਬਿਜਲੀ ਨਹੀਂ, ਕੋਈ ਕੁਝ ਨਹੀਂ, ਇਹਨਾਂ ਵਿੱਚ ਰਹਿ ਗੁਜ਼ਾਰਾ ਕਰਨਾ। ਨਾਂ ਮੇਰਾ ਰਤਨ ਸਿੰਘ ਜੀ, ਪਿੰਡ ਦੀਪਨਗਰ, ਜ਼ਿਲ੍ਹਾ ਲਖੀਮਪੁਰ ਖੀਰੀ। ਇਹ ਜੀ ਯੂਪੀ ਦਾ ਸਭ ਤੋਂ ਵੱਡਾ ਜ਼ਿਲ੍ਹਾ ਲਖੀਮਪੁਰ, ਔਰ ਜਿੱਥੇ ਜ਼ਿਲ੍ਹਾ ਵੱਡਾ ਹੈ ਉੱਥੇ ਸਭ ਤੋਂ ਜ਼ਿਆਦਾ ਪੰਜਾਬੀ ਵੀ ਇਸ ਜ਼ਿਲ੍ਹੇ 'ਚ ਨੇ। ਕਿਉਂ ਪੰਜਾਬੀ ਜਿੱਥੇ ਹੋਣ ਪੰਜਾਬੀ ਆਖੇ ਮਿੰਨੀ ਪੰਜਾਬ ਆਖਣਾ ਹੀ। ਅਸੀਂ ਜੀ 1968 'ਚ ਇੱਥੇ ਆਏ ਅਤੇ ਸਾਡੇ ਇਹ ਰਿਸ਼ਤੇਦਾਰ ਨੇ ਇਹ ਪਿਲਾਏ ਅੱਖ ਲੱਗੇ ਵੀ ਆਓ ਜ਼ਮੀਨਾਂ ਲਓ। ਇਹਨਾਂ ਦੇ ਕਹਿਣ 'ਤੇ ਅਸੀਂ ਆ ਗਏ, ਕਹਿ ਲੱਗੇ ਵੀ ਜ਼ਮੀਨਾਂ ਬਹੁਤ, ਅਸੀਂ ਕਾਸ਼ਤਕਾਰ ਸੀ, ਦੇਖਿਆ ਵੀ ਹੈ ਜੰਗਲ ਪਰ ਜ਼ਮੀਨ ਬਹੁਤ ਤਕੜੀ ਹੈ। ਫਿਰ ਕਾਸ਼ਤਕਾਰ ਨੂੰ ਸਭ ਤੋਂ ਵਧੀਆ ਚੀਜ਼ ਕੀ ਲੱਗਦੀ ਹੈ? ਜ਼ਮੀਨ, ਉਹਦਾ ਕਾਰੋਬਾਰ ਜ਼ਮੀਨ ਹੈ। ਸਾਨੂੰ ਅੱਛੀ ਲੱਗੀ ਵੀ ਜ਼ਮੀਨ ਬਹੁਤ ਉਪਜਾਊ ਹੈ। ਪਰ ਫਿਰ ਇੱਥੇ ਆਇਆ, ਜ਼ਮੀਨਾਂ ਖਰੀਦੀਆਂ, ਇੱਥੇ ਖਰੀਦ ਕੇ ਫਿਰ ਬਹੁਤ ਮੁਸ਼ਕਲ ਨਾਲ, ਹਰ ਚੀਜ਼ ਦਾ ਹੁਣ ਇੰਨੀ ਯਾਦ ਨਹੀਂ ਰਹਿ ਸਕਦੀ ਕਿ ਇੱਥੇ ਕਿੰਨੀਆਂ ਕੁ ਅਸੀਂ ਮੁਸ਼ਕਲਾਂ ਉਠਾਈਆਂ ਨੇ। ਅਸੀਂ ਇੱਥੋਂ 7 ਮੀਲ ਤੋਂ ਆਟਾ ਪਸਾ ਕੇ ਲਿਆਉਣਾ ਸਿਰ 'ਤੇ ਚੁੱਕ ਕੇ, 6-7 ਮੀਲ 'ਤੇ ਕੋਈ ਦਵਾ ਬਿਮਾਰ ਹੋ ਜਾਵੇ, ਕਿਸੇ ਨੂੰ ਲਿਜਾਣਾ ਆਉਣਾ, ਕੋਈ ਡਾਕਟਰ ਨਹੀਂ, ਕੋਈ ਕੁਝ ਨਹੀਂ। ਮੱਛਰ, ਜਾਨਵਰਾਂ ਦੀ ਦਿਨੇ ਵੀ ਰਾਤ ਵੀ ਰਖਵਾਲੀ, ਖੇਤ ਦੀ ਜਿਹੜਾ ਬੀਜਣਾ ਉਹਦੀ ਦਿਨੇ ਵੀ ਰਖਵਾਲੀ ਕਰਨੀ, ਰਾਤ ਵੀ ਰਖਵਾਲੀ ਕਰਨੀ, ਰਾਤ ਨੂੰ ਮੱਛਰ ਨਹੀਂ ਸੌਣ ਦੇਣਾ, ਹਰ ਤਰ੍ਹਾਂ ਦੀ ਪਰੇਸ਼ਾਨੀ। ਫਿਰ ਕੋਈ ਬੈਂਕ ਨਹੀਂ ਜਿੱਥੋਂ ਆਪਣਾ ਖਰਚਾ ਲੈਣਾ, ਅੱਜ ਤੋਂ ਬੈਂਕ ਬਹੁਤ ਨੇ। ਉਹ ਫਿਰ ਪੰਜਾਬੋਂ ਕਿਸੇ ਰਿਸ਼ਤੇਦਾਰ ਕੋਲੋਂ, ਕਿਸੇ ਸੱਜਣ ਮਿੱਤਰ ਕੋਲੋਂ ਪੰਜਾਬੋਂ ਖਰਚਾ ਲਿਆ ਕੇ ਫਿਰ ਇੱਥੋਂ ਮਜ਼ਦੂਰਾਂ ਨੂੰ ਲਾ ਕੇ ਜ਼ਮੀਨਾਂ ਆਬਾਦ ਕਰਨੀਆਂ, ਥੋੜ੍ਹੀਆਂ ਥੋੜ੍ਹੀਆਂ ਸ਼ੁਰੂ ਕੀਤੀਆਂ। ਸਭ ਵੱਢ ਤੋੜ ਕਰਕੇ ਆਪਣੀਆਂ ਝੋਪੜੀਆਂ ਬਣਾਈਆਂ, ਮਕਾਨ ਥੋੜ੍ਹੇ ਬਣਾਉਂਦੇ, ਜੰਗਲ ਵੱਢ ਕੇ, ਘਾਹ ਫੂਸ ਚੱਕਾ ਵੱਢ ਕੇ ਆਪ ਝੋਪੜੀਆਂ ਬਣਾਈਆਂ ਮਜ਼ਦੂਰ ਲਾ ਕੇ। ਉਹਨਾਂ ਝੋਪੜੀਆਂ ਵਿੱਚ ਕਈ ਸਾਲ ਰਹੇ, ਸਾਡੀਆਂ 2 ਪੀੜ੍ਹੀਆਂ ਲੱਗ ਗਈਆਂ, ਮੇਰੇ ਪਿਤਾ ਜੀ ਦੀ ਮਿਹਨਤ ਮੇਰੀ ਵੀ ਲੱਗ ਗਈ, ਤਾਂ ਜਾ ਕੇ ਕੋਠੀ ਬਣੀ। ਅਸੀਂ ਜਦੋਂ ਪਾਕਿਸਤਾਨ ਆਏ ਵੀ ਸਾਨੂੰ ਇਹ ਜਦੋਂ ਬਾਪ ਦਾਦੇ ਪੜਦਾਦੇ ਦੀਆਂ ਬਣਾਈਆਂ ਜ਼ਮੀਨਾਂ ਛੱਡਣੀਆਂ ਪੈ ਗਈਆਂ ਨੇ ਅਤੇ ਚਲੋ ਹੁਣ ਆਗਾ ਬਣਾਓ। ਕਾਸ਼ਤਕਾਰ ਨੂੰ ਸਭ ਤੋਂ ਪਿਆਰੀ ਜ਼ਮੀਨ ਹੈ, ਕੱਪੜਾ ਨਹੀਂ, ਹੋਰ ਕੋਈ ਚੀਜ਼ ਨਹੀਂ, ਗਹਿਣਾ ਨਹੀਂ, ਕੋਠੀ ਨਹੀਂ, ਸਭ ਤੋਂ ਉਹਨੂੰ ਜ਼ਮੀਨ ਹੋਵੇਗੀ ਤਾਂ ਮੈਂ ਕੁਝ ਬਣਾਵਾਂਗਾ। ਸਾਨੂੰ ਇਸ ਵੀ ਇੱਥੇ ਜ਼ਮੀਨ ਚੰਗੀ ਮਿਲ ਰਹੀ ਹੈ, ਸਸਤੀ ਮਿਲ ਰਹੀ ਹੈ, ਜਦੋਂ ਸਾਡੇ ਕੋਲ ਜ਼ਮੀਨ ਹੋ ਜਾਏਗੀ ਇਹ ਕੋਠੀਆਂ ਗੱਡੀਆਂ ਇਹ ਸਭ ਕੁਝ ਤਾਂ ਫਿਰ ਬਣਾ ਲਵਾਂਗੇ। ਅਸੀਂ ਕਿਸੇ ਕੋਲ ਹੱਥ ਨਹੀਂ ਕਰਦੇ, ਅਸੀਂ ਕੀ ਕਰਨੇ ਆ, ਅਸੀਂ ਇਸ ਹੱਥ ਨਾਲ ਧਰਤੀ ਵਿੱਚ ਦਾਣੇ ਡੋਲਨੇ ਆ। ਇਹ ਸਾਡੇ ਪਰਮੇਸ਼ਰ ਨੇ ਕਿਰਪਾ ਕੀਤੀ, ਉਹਦੀ ਬਖਸ਼ਿਸ਼, ਸਾਨੂੰ ਉਹਦੀ ਬਖਸ਼ਿਸ਼ ਦੇ ਇਤਬਾਰ ਹੈ। ਅਸੀਂ ਇੱਕ ਦਾਣਾ ਧਰਤੀ ਵਿੱਚ ਸੁੱਟਦੇ ਹਾਂ, ਸਾਨੂੰ ਇੱਕ ਦਾਣੇ ਦਾ 100 ਦਾਣਾ ਮਿਲਦਾ, ਪਰ ਕਿਸੇ ਬੰਦੇ ਕੋਲੋਂ ਨਹੀਂ ਮੰਗਦੇ, ਕਿਸੇ ਧਰਤੀ ਕੋਲੋਂ ਉਹ ਪਰਮੇਸ਼ਰ ਆਪ ਦਿੰਦਾ। ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਕਿਸੇ ਪਾਰਟੀ ਦਾ ਨਹੀਂ, ਕਿਸੇ ਸੂਬੇ ਦਾ ਨਹੀਂ, ਕਿਸੇ ਧਰਮ ਦਾ ਨਹੀਂ। ਕਿਸਾਨ ਕੋਈ ਵੀ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਕੋਈ ਹੈ, ਇਹ ਸਭ ਦਾ ਸਾਂਝਾ ਹੈ। ਸਾਡੇ ਜ਼ਮਾਨੇ ਵਿੱਚ ਵੀਰੋ ਕਹਿੰਦੇ ਸਨ ਅਸੀਂ ਖੇਤੀ ਕਰਨੀ, ਸਾਨੂੰ ਪੜ੍ਹਾਈ ਨਾਲ ਅਸੀਂ ਨੌਕਰੀ ਕਰਨੀ, ਸਾਡੇ ਜ਼ਮਾਨੇ ਦੀਆਂ ਗੱਲਾਂ ਨੇ। ਅਸੀਂ ਤਾਂ ਨਹੀਂ ਪੜ੍ਹਨ ਪਏ, ਪੜ੍ਹਨੇ ਪਏ ਬਜ਼ੁਰਗ ਆਖਣਾ ਆਪਾਂ ਖੇਤੀ ਕਰਨੀ ਹੈ, ਅਸੀਂ ਨੌਕਰੀ ਕਰਨੀ ਹੋਈ। ਪਰ ਹੁਣ ਜਿਹੜਾ ਜ਼ਮਾਨਾ ਆ ਗਿਆ, ਇਹ ਖੇਤੀ ਦੇ ਨਾਲ ਪੜ੍ਹਾਈ ਵੀ ਜ਼ਰੂਰੀ ਹੈ।